भाई की होया जी? मेहंदी का समान लेना। जी जी हुकम। उठाई ले लो, ठंड ना खिच पैन दी तुम, उठाई ले लो। की होया? शादी है मेरी। की है तुम्हारी शादी? आप ले आवा समान। भाई तुसी घर जाओ, पहले सारिया गल्लां नूं चेपी ला के लिया, टुटिया गल्लां आउंदियां मैनूं समझ नहीं आउंदी, घर चल जाओ। मेरे जहन के मुताबिक तू शुगल करना मेरे ना। गल शुगल नहीं भाई जी, थले वाला बोल तू गल नहीं कर देना, ये वट्टा टंगो। ये गल तो पहले तह चढ़ जाता, गल रोक लगा वा, इन थले थले रहूगा, तुम आराम गल कर सकते हो। इधर आने भाजी, मेरा फोन आने। जी भाई, वो कस्टमर का फोन आना, लड़ियाँ तैयार कर रहे हैं। हाँ जी, समान चाहिए जी। समान तो तुहानू दे दांगे, लेकिन पूरी गल तो करो कि फिर ही असी कोई की चाहिए समान दे विच जनाब। ए प्लेटा ने मेहंदी वाली मेहंदी समान ਹੁੰਦਾ, ਪਤਾ ਕੀ ਇਹ ਸਮਾਨ ਉਹਨਾਂ ਤੁਸੀਂ ਲੈਣਾ ਨਹੀਂ, ਟਾਈਮ ਬਹੁਤਾ ਲੱਗ ਜਾਣਾ, ਤੁਸੀਂ ਘਰੋਂ ਲਿਖਾ ਲਿਆ ਹੋ ਜਾਓ ਕੀ ਲੈਣਾ ਵਾ, ਅਸੀਂ ਵੇਖ ਕੇ ਤਾਂ ਤੁਹਾਨੂੰ ਸਮਾਨ ਦੇ ਦਾਂਗੇ। ਮੇਰੀ ਸ਼ਾਦੀ ਹੈ। ਤੁਸੀਂ ਇੱਦਾਂ ਕਰੋ, ਸਾਰੀਆਂ ਗੱਲਾਂ ਕਰੋ ਅਤੇ ਮੈਂ ਉਹਨਾਂ 'ਚ ਫਿਰ ਚਾਹ ਪੀ ਆਉਂਦਾ ਵਾਂ, ਜਿੰਨਾ ਕਿ ਸਾਰੀਆਂ ਪੂਰੀਆਂ ਹੋ ਜਾਣਗੀਆਂ ਨਾ, ਇਕੱਠੀਆਂ ਮੈਨੂੰ ਦੱਸਿਓ। ਉਹ ਭਾਈ ਜਿੰਨਾ ਕਿ ਮੈਨੂੰ ਸਮਝ ਨਹੀਂ ਆਊਗੀ ਕਿਹੜੀ ਚੀਜ਼ ਦਊਗਾ ਤੈਨੂੰ, ਸਮਝ ਹੀ ਨਹੀਂ ਆਉਂਦੀ ਤੁਹਾਡੀ। ਓ ਯਾ ਅੱਲਾ, ਆ ਜਾ ਆ ਜਾ ਆ ਜਾ। ਸ਼ਾਦੀ ਹੈ ਮੇਰੀ। ਐ ਬੱਲੇ 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 ਸਮਾਨ ਲੈਣਾ ਸੀ। ਅੱਛਾ ਅੱਛਾ, ਸਮਾਨ ਲੈਣਾ ਆਪਣੀ ਸ਼ਾਦੀ ਵਾਸਤੇ। ਜੀ ਓ ਕੀ ਹੋ ਗਿਆ ਭਾਈ ਨੇ? ਇਹ ਜਿੱਥੇ ਸ਼ਾਦੀ ਹੋਣੀ ਆ ਉਹ ਵੀ ਮਟੀਰੀਅਲ ਏਦਾਂ ਦਾ ਕਿ ਉਹ ਠੀਕ ਆ ਭਾਬੀ ਸਾਡੀ। ਤੁਸੀਂ ਸਮਾਨ ਦਿਓ ਅਤੇ ਇਹਨਾਂ ਸਮਾਨ। ਓਕੇ ਜੀ ਭਾਅ ਜੀ, ਉਹ ਬੰਦਾ ਤੇਰੇ ਨਾਲ 6 ਮਹੀਨੇ ਦੀ ਕਮੇਟੀ ਨਹੀਂ ਪਾ ਸਕਦਾ, ਤੂੰ ਗੱਲਾਂ ਨਾ 120 ਮਹੀਨੇ ਹੀ ਲੈ ਜਾਣੀ। ਆਓ ਤੁਹਾਨੂੰ ਸਮਾਨ ਦਿਖਾਵਾਂ, ਇਹ ਵੇਖੋ ਭੈਣ, ਇਹ ਕਾਰੀਗਰਾਂ ਨੇ ਪਲੇਟ ਤਿਆਰ ਕੀਤੀ ਹੈ, ਇਹਦੇ ਵਿੱਚ ਮਹਿੰਦੀ ਪਾ ਕੇ ਅਤੇ ਲੈ ਕੇ ਆਊਂਗੀ। ਦੇਵੇ ਤੇਰੇ ਨਾ ਜੀ ਘਾਟਾ ਅਤੇ ਦੀਵੇ ਹੋਰ ਰਾਹ ਦਿੰਦੇ, ਦੇਖ ਦਿਓ ਇਹ ਕਿਹੜਾ ਸਾਦਕਾ ਬਦਮ ਖਾਉਣੇ ਪੈਣੇ, ਅੰਦਰ ਪੀਸ ਪਾਇਆ ਸਾਗੋ ਅਸੀਂ ਲਾ ਦੇਣੇ ਇਹਨਾਂ ਦੇ। ਸਾਡੀ ਫੈਮਿਲੀ 'ਚ ਹਾਂਜੀ ਹਾਂਜੀ ਪਹਿਲੀ ਸ਼ਾਦੀ ਹੈ ਮੇਰੀ। ਬੱਲੇ ਬੱਲੇ, ਤੁਹਾਡੀ ਫੈਮਿਲੀ 'ਚ ਹਨੇਰਾ ਵੀ ਕਾਫੀ ਆ, ਦੀਵੇ 'ਤੇ 124 ਲੱਗਣੇ ਆ, ਅਤੇ ਫਿਰ ਟਰੇਅ ਤੁਹਾਡੇ ਬਿਲਕੁਲ ਕੋਲ ਕਰਨੀ, ਫਿਰ ਪਤਾ ਲੱਗਣਾ ਭਾਈ ਨੇ ਬੈਠੇ ਨੇ। ਲਓ ਜੀ ਇਹ ਕਿੰਨੇ ਪੀਸ ਕਰਨੇ ਆ? ਆ ਜਾ ਆ ਜਾ ਆ ਜਾ, ਪੰਜ ਪੰਜ ਪੀਸ ਹੋ ਗਏ। ਲਓ ਜੀ ਲਓ ਜੀ, 5 ਪੀਸ ਕਰ ਦਾਂਗੇ ਤੁਹਾਨੂੰ। ਕਿੰਨਾ ਦੇ ਆ? ਇਹ 5,000 ਦਾ ਇੱਕ ਆ ਜੀ, ਇਹ 25,000 ਦੇ ਹੋਣੇ ਆ 5 ਪੀਸ। ਇਹ ਤੁਸੀਂ ਬਹੁਤ ਪੈਸੇ ਦੱਸ ਰਹੇ ਮੈਨੂੰ, ਇਹ ਪੈਸੇ ਬਹੁਤ ਦੱਸ ਰਹੇ ਆ, ਤੇਰੇ ਪੈਸੇ ਹੋ ਗਏ ਪੈਸੇ ਬਹੁਤ, 5,000 ਨੂੰ 5,000 5,000 ਦੇ ਕਿਤੇ। ਮੁਬਾਰਕ ਹੋਵੇ, ਤੁਹਾਡੀ ਜ਼ੁਬਾਨ ਦਾ ਨਾ ਵਲੇਵਾ ਲੈ ਗਿਆ। ਆਹ ਹੁਣ ਤੁਸੀਂ ਪਤਾ ਕੀ ਕਰੋ, ਆਹ 3 ਪੀਸ ਦਾ ਹੋਰ ਪਾਏ ਉਹ ਵੀ ਲੈ ਜਾਓ, 8 ਪੀਸ ਲੈ ਕੇ ਜਾਓ, ਤੇਰਾ ਤਾਂ ਪੂਰਾ ਟੱਬਰ ਠੀਕ ਹੋ ਜਾਣਾ। ਪੈਸੇ ਮੈਂ ਦੱਸਦਾ ਤੂੰ, ਪੈਸੇ 5,000 ਬਹੁਤਾ ਪੈਸੇ ਮੈਨੂੰ ਮੈਂ ਬੱਚਾ, ਉਹ ਤੇ ਲੱਖਾਂ ਦੀ ਦਵਾਈ ਖਾ ਲੈਣੀ ਸੀ, ਆਹ ਰੇਟ ਸੁਣ ਕੇ ਤੇਰੀ ਜ਼ੁਬਾਨ ਠੀਕ ਹੋ ਗਈ ਵੇਖ ਲਾ ਭਾਈ, ਆਹ ਲੈ ਕੇ ਜਾਈ ਤੂੰ ਸਾਡੇ ਕੋਲ, ਇਹ ਬਿਹਤਰੀਨ ਪੀਸ ਹੈਗੇ, 3 ਪੀਸ ਇਹ ਹੈਗੇ ਆ, 3 ਅੰਦਰ ਹੈਗੇ ਆ, ਅਤੇ ਇਹ ਚਾਹੀਦੀ ਆ।
ਇਹਨਾਂ 'ਚ ਮਹਿੰਦੀ ਪਾ ਕੇ ਅਗਰਬੱਤੀ ਲੱਗਦੀ ਆ ਕਹਿੰਦੇ 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 ਜੋ ਮਰਜ਼ੀ ਕਹਿੰਦੇ ਉਹਦੇ ਕਿੰਨੇ ਦਾ ਇਹ ਪੀਸ ਇੱਕ ਹੈਗਾ ਵਾ 50 ਰੁਪਏ ਦਾ ਫਿਰ ਦੇਖ ਲਾ ਤੂੰ ਕਿੰਨਾ ਰੇਟ ਦੱਸਦਾ ਮੈਨੂੰ 50 ਰੁਪਏ 50 ਰੁਪਏ ਆਏ ਕੋਈ ਬੰਦਾ ਤਾਂ ਪੁੱਤਰ ਗੱਲ ਅਤੇ 50 ਰੁਪਏ ਨਹੀਂ ਆ ਉਹ ਤਾਂ ਸਹੀ ਹੁੰਦਾ ਜਾ ਰਿਹਾ ਤੂੰ ਨਾ ਸਿਰਫ ਮੇਰੀ ਦੁਕਾਨ ਤੋਂ ਮਾਲ ਲਿਆ ਕਰ ਆ ਕੇ ਜੀ ਭਾਈ ਛਾਬਾ 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 ਛਿਕ ਛਿਕ ਹਾਂਜੀ ਛਾਬਾ ਕਿੰਨੇ ਦਾ ਇਹ 300 ਰੁਪਏ ਦਾ ਵਾ ਜੀ ਰੋਟੀ ਤੁਸੀਂ ਆਪ ਰੱਖਣੀ ਇਹਦੇ ਵਿੱਚ ਨਹੀਂ ਨਹੀਂ ਇਹ 'ਚ ਰੋਟੀ ਰੱਖੀ ਇਹ 'ਚ ਨਿਆਣਾ ਪਾ ਕੇ ਤਾਂ ਇੰਨੇ ਕਰੀਦਾ ਇੰਨੇ ਨੇ ਬਈ ਅਜੀਬ ਗੱਲ ਆ ਵੀ ਇਹ 'ਚ ਜੋ ਮਰਜ਼ੀ ਰੱਖੋ ਭਾਈ ਤੁਸੀਂ ਇਹ ਡੈਕੋਰੇਸ਼ਨ ਪੀਸ ਹੈਗਾ ਇੰਜਾ ਨਹੀਂ ਕਰਨਾ ਹਾਂਜੀ ਹਾਂਜੀ ਸਾਡੇ ਵੱਡੇ ਆ ਛਾਬਾ ਛੋਟਾ ਤੁਸੀਂ ਨਾ ਹੌਲੀ ਹੌਲੀ ਗੱਲ ਕਰਿਆ ਕਰੋ ਦੋ ਵਾਰੀ ਤੁਹਾਡੇ ਬਾਸੀ ਪੈਂਦੀ ਮੂੰਹ 'ਚ ਗੱਲ ਦੀ ਉਹ ਫਿਰ ਨਿਕਲਦੀ ਹੈ ਤਾਂ ਮੈਨੂੰ ਸਮਝ ਨਹੀਂ ਆਉਂਦਾ ਇਹ ਕਿੰਨੇ ਛਾਬੇ ਚਾਹੀਦੇ ਉਹ 3 ਲੈ ਜਾ ਰਹਿਣ ਦੇ ਤੂੰ ਨਾ ਦੱਸੀ 3 ਲੈ ਜਾ ਤੂੰ ਪਤਾ 3 ਘੰਟੇ ਲਾ ਦੇਣੇ ਤੂੰ 3 ਲੈ ਜਾ ਭਾਈ ਆਹ 3 ਪੀਸ ਇਹ ਹੋ ਗਿਆ ਇੱਕ ਸੈਂਟਰ 'ਚ ਬਣਿਆ ਹੈਗਾ 2 ਸਾਈਡਾਂ 'ਚ ਬਣੇ ਹੋਣਗੇ ਸੋਹਣੇ ਲੱਗਣਗੇ ਅਤੇ ਹੋਰ ਕੋਈ ਚੀਜ਼ ਚਾਹੀਦੀ ਆ ਹੈ ਇਹ ਚਾਹੀਦਾ ਜੀ ਕੁੜੀਆਂ ਲੈਂਦੇ ਹੁੰਦੇ ਆ ਇਹ ਤੂੰ ਲੈ ਜਾ ਹੈ ਓਏ ਅਸੀਂ ਕਿਹੜੀ ਗੱਲੋਂ ਕਰੀਏ ਭਾਈ ਵੀ ਆਹ ਤੁਹਾਡੇ ਵੱਲ ਤਾਂ ਹੈਗੇ ਹਾਂ ਖਾਊਂਗਾ ਮੇਰੇ ਹੀ ਆ ਮੇਰੇ ਹੀ ਆ ਅੱਛਾ ਜੀ ਤੂੰ ਕੁੜੀਆਂ ਵਾਲਾ ਪੈ ਜਾ ਉਹ ਸ਼ੁਕਰ ਕਰਦੇ ਰਿਹਾ ਵਿਆਹ ਹੁੰਦੇ ਆ ਤੇਰੇ ਅੱਗੇ ਜਿੱਦਾਂ ਦਾ ਰੰਗ ਆ ਨਾ ਤੇਰੇ ਅੱਗੇ ਬੰਦੇ ਨੂੰ ਜਾਂ ਵਪਾਰ ਮਿਲਦੀ ਹੁੰਦੀ ਜਾਂ ਜਿਹੜੀ ਘਰੋਂ ਵਧੀ ਪਈ ਉਹ ਮਿਲਦੀ ਹੁੰਦੀ ਠੀਕ ਨਾ ਐਡੇ ਵਿਆਰ ਮੁਹੱਬਤ ਨਹੀਂ ਚਾੜੇ ਸਾਨੂੰ ਇੱਥੋਂ ਸਮਾਨ ਲਵੋ ਅਤੇ ਤਿੱਤਰ ਹੋਵੋ ਆਹ ਢੋਲਕੀ ਵੀ ਪਈ ਆ ਇਹ ਵਜਾਉਣੀ ਮਹਿੰਦੀ ਤੇ ਜਾਂ ਸਾਰਾ ਡਬਲ ਢਿੱਡ ਵਜਾਉਂਦੇ ਆ ਹਾਂਜੀ ਹਾਂਜੀ ਚਮਚ ਇੱਕ ਫੜ ਉਹ ਕਰਨਾ ਵਾ ਸੀਰਪ ਬਣਾਉਣਾ ਇਹਨੂੰ ਮਾਰੀ ਦੇ ਉਹ ਭਾਈ ਨਾ ਉਹ ਪੁਰਾਣਾ ਦੌਰ ਸੀ ਕਿ ਚਮਚ ਮਾਰ ਮਾਰ ਕੇ ਢੋਲਕੀ 'ਚ ਟੋਇਆ ਪਾ ਦਿੰਦੇ ਸੀ ਹੁਣ ਅਗਲਿਆਂ ਨੇ ਛੱਲਾ ਪਾਇਆ ਹੁੰਦਾ ਆਹ ਸਾਈਡ ਵੱਜਦੀ ਉੱਤੋਂ ਛੱਲਾ ਵੱਜਦਾ ਭਾਅ ਜੀ ਹਾਂਜੀ ਆ ਚਮਚ ਵਾਲਾ ਦੌਰ ਗਿਆ ਹਾਂਜੀ ਇਹ ਚਾਹੀਦੀ ਨਹੀਂ ਇਹ ਕਿਰਾਏ 'ਤੇ ਮਿਲਦੀ ਆ ਮੁੰਡੇ ਸਮਾਂ ਕੀ ਹੈ ਕਹਿੰਦੇ ਕਹਿੰਦੇ ਜੋ ਮਰਜ਼ੀ ਕਹਿੰਦੇ ਮੈਂ ਸਮਝ ਜਾਊਂਗਾ ਜੋ ਮਰਜ਼ੀ ਕਹਿੰਦੇ ਪੇਦ ਵਾਲੀ ਥੈਲੀ ਹੈ ਹਾਂਜੀ ਪੇਦ ਵਾਲੀਆਂ ਥੈਲੀਆਂ ਜੀ ਹੁਣ ਤੂੰ ਜੋ ਮਰਜ਼ੀ ਕਹੀ ਜਾਂ ਮੈਂ ਸਮਝ ਗਿਆ ਵੀ ਤੂੰ ਕੀ ਕਹਿਣਾ ਚਾਹੁੰਦਾ ਹਾਂ ਚੰਗੀ ਮਾਇਆ ਦਾ ਦੁੱਧ ਪੀਤਾ ਮੈਂ ਵੈਰੀ ਗੁੱਡ ਵੈਰੀ ਗੁੱਡ ਅੱਗੇ ਇਹ ਕਿੰਨੇ ਪੀਸ ਚਾਹੀਦੇ ਆ ਉਹ 2 ਹੀ ਪਰਾਉਣੀ 2000 ਅੱਛਾ 2000 ਬੱਲੇ ਬੱਲੇ ਵੀ ਚੰਗਾ ਰਸ਼ ਪਾਇਆ ਇਹ ਪਰਾਹੁਣੇ ਸਾਰੇ ਤੁਹਾਡੇ ਵਰਗੇ ਆ ਉਸ ਪਿੰਡ 'ਚ ਤਾਂ ਸ਼ਾਮਾਂ ਪੈ ਜਾਣੀਆਂ ਜਿੱਦ ਨੂੰ ਬਰਾਤ ਚੜ੍ਹਨ ਦੀ ਵਾਹ ਵਾਹ ਕਿਆ ਬਾਤ ਆ ਓਕੇ ਹੋ ਗਿਆ ਜੀ ਕਿੰਨੇ ਦਾ ਕਿ 200 ਦਾ ਜੀ ਕਿਹੜਾ ਲੈ ਕੇ ਜਾਂਦਾ ਇਹਨੂੰ ਉਹ ਤੇਰੇ ਸੱਟ ਲੱਗੀ ਤੇਰੇ ਮੁਕੱਦਰਾਂ ਨੇ ਗੱਲਾਂ ਰੋਕੀਆਂ ਸਾਰੀਆਂ ਤੇਰੀਆਂ ਉਹ ਕਿਸੇ ਨਹੀਂ ਪੂਰੀ ਗੱਲ ਕਰਦਾ ਭਾਈ ਤੂੰ ਯਾਰ ਅੱਲਾ ਇਹਦਾ ਤਾਂ ਰੇਟ ਵੀ ਨਹੀਂ ਦੱਸਿਆ ਤੇ ਹੈ ਕਰੰਟ ਪੈ ਗਿਆ ਤੁਹਾਨੂੰ ਹੁਣ ਕੋਈ ਚਾਹੀਦਾ ਹੋਰ ਜੀ ਇਹ ਕਿੰਨੇ ਪੀਸ ਕਰਦੇ 2000 ਹਾਂਜੀ ਹਾਂਜੀ ਠੀਕ ਹੈ ਸਮਝ ਗਿਆ ਅਗਲੀ ਗੱਲ ਕਰੋ ਜੀ ਦੋਵਾ ਗੱਲ ਨਹੀਂ ਸਫਰਾਂ 'ਚ ਪਾ ਦੇਣਾ ਉਹ ਤੋਂ ਪਹਿਲਾਂ ਗੱਲ ਨਹੀਂ ਪੁੱਛੀਆਂ ਬੋਲਦਾ ਫਿਰ ਗੱਲ ਛੱਡਦਾ ਹਾਂਜੀ ਬਿਸਮਿਲਾ ਕਰੋ ਜੀ ਇਹਨੂੰ ਹੱਥ ਨਾ ਲਾਓ ਭਾਅ ਜੀ ਇਹ ਕਿਸੇ ਹੋਰ ਨੂੰ ਵੇਚਣਾ ਕਿਸੇ ਦਾ ਤਿਆਰ ਕੀਤਾ ਅਸੀਂ ਆਰਡਰ 'ਤੇ ਤਾਲੀਆਂ ਦਾ ਉਹ ਪਿਆ ਜੀ ਉਹ ਪੀਸ ਪਿਆ ਉਹ ਵੀ ਦੇ ਦਾਂਗੇ ਤੁਹਾਨੂੰ ਜੀ ਇੱਕ ਪੀਸ ਕਰ ਦਾਂਗੇ ਉਹ ਵੀ ਸਾਨੂੰ ਚਾਹੀਦੇ ਆ 50 ਪੀਸ ਬੱਲੇ ਬੱਲੇ ਬੜੀ ਤਾਲੀਆਂ ਵੀ ਤੇਰੀਆਂ ਬੜੀਆਂ ਸੁਰਖੇਤ ਇੰਨੀਆਂ ਤਾਲੀਆਂ 50 ਤਾਲੀਆਂ ਦੇਣਗੀਆਂ ਹਾਂਜੀ
अच्छा अच्छा ठीक है। लो भाई जी मैं ताड़ी जबान तो ताड़े खानदान तो ताड़ियां सालियां दी तरतीब तो समझ गया कि ताड़ा प्रोग्राम है जे।